κόκκινη ζώστε! Πέρα διάγκε κόκκε! Μετά κουρτίζει την κόκκινη ζώστε! Πέρα διάγκε κόκκε! ਪਿਆਰ ਅੱਗੇ ਸਾਰਾ ਤਸ਼ੱਦਦ ਕੁਛ ਨਹੀਂ ਸਾਡੀ ਜਾਨ ਵੀ ਚੱਲ ਜਾਵੇ ਇਹ ਤਸ਼ੱਦਦ ਕੁਛ ਨਹੀਂ ਸਾਨੂੰ ਇਹ ਪਿਆਰ ਚਾਹੀਦਾ ਕੋਈ ਰਿਗਰੈਟ ਨਹੀਂ ਸਾਨੂੰ ਖੁਸ਼ੀ ਹੈ 84 ਦੇ ਦੰਗੇ ਹੋਏ 34 ਸਾਲ ਹੋ ਚੁੱਕੇ ਨੇ ਪਿਛਲੇ ਦਿਨੀ ਸੱਜਣ ਕੁਮਾਰ ਨੂੰ ਜਿਹੜਾ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਪਰ ਦੋ ਨੌਜਵਾਨ ਅਜਿਹੇ ਮੌਜੂਦ ਨੇ ਜਿਹੜੇ ਉਸ ਫੈਸਲੇ ਤੋਂ ਸੰਤੁਸ਼ਟ ਵੀ ਨਹੀਂ ਨੇ ਤੇ ਉਹਨਾਂ ਦੇ ਵਿੱਚ ਉਹਨਾਂ ਹੀ ਗੁੱਸਾ ਉਹਨਾਂ ਹੀ ਰੋਸ ਉਹ ਭੜਾਸ ਜਿਹੜੀ ਹੈ ਲੁਧਿਆਣਾ ਦੇ ਰਾਜੀਵ ਗਾਂਧੀ ਬੁੱਤ ਤੇ ਜਾ ਕੇ ਨਿਕਲੀ ਜਦੋਂ ਉੱਥੇ ਜਾ ਕੇ ਇਹਨਾਂ ਨੇ ਕਾਲਕ ਪਹੁੰਚੀ ਕੀ ਆਇਆ ਅਮਿਤਪਾਲ ਜੀ ਜ਼ਹਿਨ ਦੇ ਵਿੱਚ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਬੁੱਤ ਹੈ ਉਹ ਹਮੇਸ਼ਾ ਸ਼ਹੀਦਾਂ ਦੇ ਹੋਣੇ ਚਾਹੀਦੇ ਆ ਕਾਤਲਾਂ ਦੇ ਬੁੱਤ ਨਹੀਂ ਹੋਣੇ ਚਾਹੀਦੇ ਸਾਡਾ ਮੈਸੇਜ ਇਹ ਆ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਸਾਡੇ ਬੱਚੇ ਆ ਉਹ ਕੀ ਦੇਖਣਗੇ ਕਿ ਕਾਤਲਾਂ ਦੇ ਬੁੱਤ ਲੱਗੇ ਹੋਏ ਆ ਸਾਡੇ ਮੁਲਕ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਜਿਹੜੇ ਬੁੱਤ ਲੱਗੇ ਹੋਣੇ ਚਾਹੀਦੇ ਆ ਉਹ ਸ਼ਹੀਦ ਭਗਤ ਸਿੰਘ ਵਰਗਿਆਂ ਦੇ ਲੱਗੇ ਹੋਣੇ ਚਾਹੀਦੇ ਆ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗਿਆਂ ਦੇ ਲੱਗੇ ਹੋਣੇ ਚਾਹੀਦੇ ਆ ਲਾਲਾ ਲਾਜਪਤ ਰਾਏ ਵਰਗਿਆਂ ਦੇ ਲੱਗੇ ਹੋਣੇ ਚਾਹੀਦੇ ਆ ਨਾ ਕਿ ਕਾਤਲਾਂ ਦੇ ਬੁੱਤ ਲੱਗੇ ਹੋਣੇ ਚਾਹੀਦੇ ਆ ਸਾਡਾ ਇਸ ਕਰਕੇ ਅਸੀਂ ਇਹ ਸੋਚਿਆ ਕਿ ਜਿੰਨੇ ਵੀ ਇਦਾਂ ਦੇ ਬੁੱਤ ਆ ਅਸੀਂ ਤਾਂ ਸੁਨੇਹਾ ਵੀ ਇਹ ਦੇਣਾ ਚਾਹੁੰਦੇ ਹਾਂ ਕਿ ਜੇ ਕਿਸੇ ਨੇ ਕੋਈ ਕਾਤਲਾਨਾ ਕੰਮ ਕੀਤਾ ਜਾਂ ਗਲਤ ਕੰਮ ਕੀਤਾ ਇਹੋ ਜਿਹੇ ਵਿਅਕਤੀਆਂ ਦੇ ਬੁੱਤ ਹੋਣੇ ਨਹੀਂ ਚਾਹੀਦੇ ਜੀ ਜੇ ਕਿਤੇ ਬੁੱਤ ਹੈਗੇ ਆ ਅਸੀਂ ਉਹਦਾ ਪੂਰ ਜ਼ੋਰ ਵਿਰੋਧ ਕਰਾਂਗੇ ਅਕਾਲੀ ਦਲ ਨੂੰ ਬਿਲੋਂਗ ਕਰਦੇ ਹੋ ਤੁਸੀਂ ਪਰ ਜਿਹੜੀ ਕਾਂਗਰਸ ਦੀ ਸਰਕਾਰ ਹੈ ਤੁਹਾਡੇ ਜ਼ਿਹਨ ਵਿੱਚ ਆਇਆ ਨਹੀਂ ਕਿ ਕੀ ਅੱਗੇ ਜਾ ਕੇ ਮੁਕਾਮ ਹੋਏਗਾ ਇਹਦਾ ਇਸ ਤਰ੍ਹਾਂ ਤੁਹਾਨੂੰ ਭੁਗਤਣਾ ਪਏਗਾ ਦੇਖੋ ਜਿਹੜੀ ਕਾਂਗਰਸ ਦੀ ਸਰਕਾਰ ਹੈ ਉਹਨੇ ਅੱਜ ਤੱਕ ਜਿਨ੍ਹਾਂ ਨੇ ਗਲਤ ਕੰਮ ਕੀਤੇ ਆ ਕਤਲੇਆਮ ਕੀਤੇ ਆ ਉਹਨਾਂ ਨੂੰ ਹਮੇਸ਼ਾ ਚੰਗੀਆਂ ਥਾਵਾਂ 'ਤੇ ਨਵਾਜਿਆ ਕਮਲਨਾਥ ਵਰਗਿਆਂ ਨੂੰ ਸੀਐਮ ਬਣਾਇਆ ਸੈਂਟਰ ਦੇ ਵਿੱਚ ਮਿਨਿਸਟਰੀਆਂ ਦਿੱਤੀਆਂ ਜਿਨ੍ਹਾਂ ਨੇ ਸਭ ਤੋਂ ਵੱਧ ਕਾਤਲਾਂ ਨੇ ਹਮਲੇ ਕੀਤੇ ਆ ਅਤੇ ਸਾਡਾ ਕੰਮ ਹੈ ਸਮਾਜ ਲਈ ਖੜਨਾ ਅਕਾਲੀ ਦਲ ਹਮੇਸ਼ਾ ਸਮਾਜ ਲਈ ਖੜੇ ਆ ਧਰਮ ਲਈ ਖੜੇ ਆ ਅਸੀਂ ਉਸੇ ਪਾਰਟੀ ਨੂੰ ਬਿਲੋਂਗ ਕਰਦੇ ਹਾਂ ਅਸੀਂ ਸਮਾਜ ਲਈ ਵੀ ਖੜਨਾ ਅਤੇ ਧਰਮ ਲਈ ਵੀ ਖੜਨਾ ਸਾਨੂੰ ਇਸ ਗੱਲ ਦਾ ਕੋਈ ਡਰ ਨਹੀਂ ਕਿ ਸਾਡੇ ਨਾਲ ਕੀ ਕਰਨਾ ਆਪੋਜੀਸ਼ਨ ਵੱਲੋਂ ਇੱਕ ਇਲਜ਼ਾਮ ਵੀ ਲੱਗਾ ਕਿ ਇੱਕ ਪਬਲਿਸਿਟੀ ਸਟੰਟ ਹੈ ਕੀ ਜਵਾਬ ਦੋਗੇ ਇਹਦਾ ਦੇਖੋ ਜੀ ਜਿਹੜੇ ਪਬਲਿਸਿਟੀ ਸਟੰਟ ਆ ਉਹ ਸਿਰਫ ਇਹਨਾਂ ਨੂੰ ਆਉਂਦੇ ਆ ਜੇ ਪਬਲਿਸਿਟੀ ਸਟੰਟ ਹੁੰਦਾ ਤਾਂ ਤੁਸੀਂ ਅੱਜ ਦੇਖਿਆ ਹਜ਼ੂਮ ਸਾਡੀ ਸੰਗਤ ਦਾ ਹਜ਼ੂਮ ਭਰਾਵਾਂ ਦਾ ਹਜ਼ੂਮ ਇਹ ਕੋਈ ਸਾਡਾ ਨਹੀਂ ਸੱਦਿਆ ਹੋਇਆ ਇਹ ਹਜ਼ੂਮ ਜਿਹੜਾ ਹੈਗਾ ਇਹ ਆਪ ਆਇਆ ਸਾਨੂੰ ਪਿਆਰ ਕਰਨ ਵਾਲਿਆਂ ਦੇ ਆਇਆ ਇਹਨਾਂ ਨੇ ਇਸ ਗੱਲ ਤੇ ਮੋਹਰ ਲਾਈ ਹੈ ਕਿ ਅਸੀਂ ਚੰਗਾ ਕੰਮ ਕੀਤਾ ਤੁਹਾਡੇ ਤੇ ਤਸ਼ੱਦਦ ਜਿਹੜਾ ਹੋਇਆ ਇਹ ਸਭ ਜਾਣਦੇ ਨੇ ਤੁਹਾਡੇ ਨਾਲ ਪਹਿਲਾਂ ਵੀ ਗੱਲਬਾਤ ਹੋਈ ਸੀ ਤੁਸੀਂ ਦੱਸਿਆ ਸੀਗਾ ਪਰ ਬੁਰਾ ਨਹੀਂ ਲੱਗਿਆ ਕਿ ਜੋ ਕਦਮ ਤੁਸੀਂ ਚੱਕਿਆ ਉਸ ਤੋਂ ਬਾਅਦ ਇਹ ਅੰਜਾਮ ਹੋਇਆ ਉਸਦਾ ਜਦੋਂ ਸੰਗਤ ਦਾ ਇੰਨਾ ਪਿਆਰ ਮਿਲਦਾ ਸਾਡੇ ਖੂਨ ਦਾ ਇੱਕ ਕਤਰਾ ਲੈ ਜਾਵੇ ਸਾਡੀਆਂ ਗਰਦਨਾਂ ਵੱਢੀਆਂ ਜਾਣ ਇਸ ਪਿਆਰ ਦੇ ਬਦਲੇ ਸਾਡੀਆਂ ਸਾਡੇ ਵਰਗਿਆਂ ਦੀਆਂ ਸੌਵਾਂ ਦੀਆਂ ਗਰਦਨਾਂ ਵੱਢੀਆਂ ਜਾਣ ਉਹ ਵੀ ਘੱਟ ਗੁਰਸ਼ਾ ਸਾਹਿਬ ਕੀ ਕਹਿਣਾ ਕੀ ਆਇਆ ਜ਼ਿਹਨ 'ਚ ਤੁਹਾਡੇ ਦੇਖੋ ਇਹਨਾਂ ਨੇ ਜਿਹੜੀ ਕਾਲਕ ਉਤਾਰ ਲਈ ਸਾਡਾ ਇੱਕ ਮੈਸੇਜ ਸੀ ਦੇਣ ਦਾ ਕਿ ਇੱਦਾਂ ਦੇ ਬੁੱਤ ਨਹੀਂ ਲੱਗਣੇ ਚਾਹੀਦੇ ਜਿਹੜੇ ਕਾਤਲ ਹੈ ਅਸੀਂ ਇੱਕ ਵਾਰ ਨਹੀਂ ਹਜ਼ਾਰ ਵਾਰ ਕਹਾਂਗੇ ਰਾਜੀਵ ਗਾਂਧੀ ਕਾਤਲ ਸੀਗਾ ਲੰਬਾ ਸਮਾਂ ਕਾਫੀ ਘੰਟੇ ਕਾਫੀ ਦਿਨ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਹਜ਼ਾਰਾਂ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਕਿਸ ਤਰ੍ਹਾਂ ਦਾ ਲੱਗਿਆ ਦੇਖੋ ਜੀ ਸਾਡੇ ਅੰਦਰ ਜਿਹੜਾ ਜੋਸ਼ ਇਹਨਾਂ ਨੇ ਭਰਿਆ ਸਾਡੇ ਅੰਦਰ ਇੰਨਾ ਜੋਸ਼ ਨਹੀਂ ਆਉਣਾ ਸੀਗਾ ਜਿਹੜਾ ਅਸੀਂ ਕਹਿੰਦੇ ਹਾਂ ਵੀ ਅੱਗੇ ਤੋਂ ਵੀ ਇਹ ਕਰਾਂਗੇ ਉਹ ਕਿਉਂ ਕਹਿੰਦੇ ਆ ਇਸੇ ਕਰਕੇ ਕਹਿੰਦੇ ਆ ਵੀ ਸਾਨੂੰ ਸੰਗਤ ਦਾ ਇੰਨਾ ਪਿਆਰ ਮਿਲਿਆ ਇਸੇ ਕਰਕੇ ਕਹਿੰਦੇ ਆ ਅਸੀਂ ਇਸ ਤੋਂ ਵੀ ਵੱਧ ਤਕੜੇ ਹੋ ਕੇ ਆਵਾਂਗੇ ਜਿੰਨੇ ਤਸ਼ੱਦਦ ਦੇਣਾ ਚਾਹੁੰਦੇ ਇਸ ਤੋਂ ਵੱਧ ਦੇਣ ਲਈ ਤਿਆਰ ਰਹਿਣ ਅਸੀਂ ਇਸ ਤੋਂ ਵੱਧ ਕਰਕੇ ਆਵਾਂਗੇ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਤੇ ਇਹ ਉਹ ਦੋ ਨੌਜਵਾਨ ਨੇ ਦੋ ਵਿਅਕਤੀ ਨੇ ਬੇਖੌਫ ਨੇ ਜਿਨ੍ਹਾਂ ਦੇ ਅੰਦਰ 34 ਸਾਲ ਬਾਅਦ ਵੀ ਉਹਨਾਂ ਹੀ ਰੋਸ ਹੈ ਉਹਨਾਂ ਹੀ ਗੁੱਸਾ ਹੈ ਤੇ ਹਲੇ ਵੀ ਉਹ ਗੁੱਸਾ ਜਿਹੜਾ ਤਾਜ਼ਾ ਹੈ ਤੇ ਉਸੇ ਦੇ ਰੋਸ ਵਜੋਂ ਜਿਹੜਾ ਹੈ ਰਾਜੀਵ ਗਾਂਧੀ ਦੇ ਬੁੱਤ ਦੇ ਕਾਲਕ ਤਾਂ ਪਹੁੰਚੀ ਗਈ ਉਸਦਾ ਸਿੱਟਾ ਜਿਹੜਾ ਇਹਨਾਂ ਨੂੰ ਜੇਲ੍ਹ ਦੀ ਸਲਾਖਾ ਦੇ ਪਿੱਛੇ ਰਹਿਣਾ ਪਿਆ ਕੁਝ ਦਿਨ ਪਰ ਹਾਲੇ ਵੀ ਜਿਹੜਾ ਕੋਈ ਰਿਗਰੈਟ ਨਹੀਂ ਇਹਨਾਂ ਵੱਲੋਂ ਜ਼ਾਹਰ ਕੀਤਾ ਗਿਆ ਉਹਨਾਂ ਹੀ ਗੁੱਸਾ ਹਾਲੇ ਵੀ ਦਿਖ ਰਿਹਾ ਹੈ ਪਰ ਜਿਹੜੇ ਲੋਕਾਂ ਵੱਲੋਂ ਇਹਨਾਂ ਦੇ ਸਮਰਥਕਾਂ ਵੱਲੋਂ ਸਪੋਰਟ ਮਿਲ ਰਿਹਾ ਇਸ ਦੇ ਲਈ ਇਹ ਜਿਹੜੇ ਵਿਅਕਤੀ ਨੇ ਦੋਵੇਂ ਧੰਨਵਾਦ ਕਰ ਰਹੇ ਨੇ ਆਪਣੇ ਸਮਰਥਕਾਂ ਦਾ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ ਡੇਲੀ ਪੋਸਟ ਪੰਜਾਬੀ ਲੁਧਿਆਣਾ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕਰੋ 93978 93978